ਕਹਿ ਕੇ ਗਿਆ ਜਾਂਦਾ ਹੋਇਆ ਜੀ, ਕਹਿੰਦਾ ਤੁਸੀਂ ਦੋਨੇ ਜਣੇ ਅੱਗ ਲਾ ਲਓ, ਪੈਟਰੋਲ ਨਾਲ ਕੋਈ ਗੱਲ ਨੀ, ਜੇ ਮਰਪੀ ਜੇ ਤੁਸੀਂ ਦੋਨੇ ਤਹਾਂ ਤੋਂ ਵੀ ਡਿੱਪੋਗੇ, ਕਹਿੰਦਾ ਤਾਂ ਵੀ ਕੋਈ ਫਰਕ ਨੀ ਪੈਂਦਾ, ਚੱਕ ਕੇ ਫੂਕ ਦਾਂਗੇ। ਤੇ ਕੱਲ ਇਹਨੂੰ ਇੰਨਾ ਪੁੱਠਾ ਬੋਲਿਆ, ਤੈਨੂੰ ਮੈਂ ਘਰੋਂ ਚੱਕ ਕੇ ਲੈ ਜੂੰਗਾ, ਮਣੀ ਨੂੰ ਮੈਨੂੰ ਕੁ ਪੁੱਠਾ ਬੋਲਿਆ, ਤੂੰ ਧੜੱਕ ਦੇ ਉੱਤੇ ਆ ਰਿਹਾ ਗਾ, ਬਹੁਤ ਜ਼ਿਆਦਾ ਗਲਤ ਬੋਲ ਰਿਹਾ, ਜਿਵੇਂ ਅਸੀਂ ਕੋਈ ਬਾਹਲੇ ਕ੍ਰਾਈਮ ਵੀ ਬਾਹਲਾ ਵੱਡਾ ਕ੍ਰਾਈਮ ਕੀਤਾ ਹੁੰਦਾ। ਅਸੀਂ ਤਾਂ ਇਹ ਕਹਿੰਦੇ ਜੀ ਵੀ ਸਾਨੂੰ ਕਸੂਰ ਤਾਂ ਦੱਸ ਦਿਓ ਸਾਡਾ ਕੀ ਆ। ਤੁਹਾਨੂੰ ਕਦੇ ਸਜ਼ਾ ਹੋਈ ਹੈ? ਨਾ ਜੀ, ਇੱਕ ਦਿਨ ਦੀ ਵੀ ਨਹੀਂ ਸਜ਼ਾ ਜੀ, ਘੰਟੇ ਦੀ ਵੀ ਸਜ਼ਾ ਨਹੀਂ ਜੀ, ਸਾਨੂੰ ਸਾਰੇ ਬਰੀ ਨੇ ਜੀ, ਸਾਡੇ ਤਾਂ ਬੱਚੇ ਤੁਸੀਂ ਇਹ ਮੰਨ ਲਓ ਵੀ ਸਾਨੂੰ ਐਂ ਦੇਖਦੇ ਨੇ ਜਿਵੇਂ ਅਸੀਂ ਚੋਰ ਹੁੰਦੇ ਹਾਂ ਜੀ। ਕਿਉਂ ਰੋਜ਼ ਪੁਲਿਸ ਦੀਆਂ ਗੱਡੀਆਂ ਭਰ ਕੇ ਇਹਦੇ ਪਹਿਲਾਂ ਤਲਾਸ਼ੀ ਕਰਕੇ ਗਏ ਨੇ, ਇਹਦਾ 3 ਦਿਨ ਫੋਨ ਰੱਖਿਆ ਵੀ ਘਰ ਦਾ ਕੁਛ ਨਹੀਂ ਛੱਡਦੇ, ਲੀਰ ਲੀਰ ਕਰ ਜਾਂਦੇ ਨੇ ਜੀ ਆ ਕੇ। Have anything to do with smuggling or they are reformed people and they have no case or conviction in the past against them, but the SHO has been troubling them and searching their homes without a search warrant. ਤੇ ਕਹਿਣ ਦਾ ਮਤਲਬ ਵੀ ਕਈ ਵਾਰ ਇਹ ਕਾਗਜ਼ ਜਮ੍ਹਾਂ ਕਰਵਾਉਂਦੇ ਨੇ ਪਰ ਜਦੋਂ ਚੋਣਾਂ ਆਉਂਦੀਆਂ ਨੇ ਇਹਨਾਂ ਨੂੰ ਫੇਰ ਚੱਕ ਲਿਆ ਜਾਂਦਾ ਵੀ ਇਹ ਸਿਲਸਿਲਾ ਬੰਦ ਕਦੋਂ ਹੋਊ। ਨੂੰ ਡਿਪਟੀ ਸਾਹਿਬ ਨੂੰ ਇਹ ਸਾਰੇ ਆਪਣੇ ਕਾਗਜ਼ ਦਿਖਾ ਦੇਣਗੇ ਕਿ ਅਸੀਂ ਬਰੀ ਸਾਰੇ ਕੇਸਾਂ ਦੇ ਵਿੱਚ ਹੋਏ ਹਾਂ ਅਤੇ ਉਦੋਂ ਬਾਅਦ ਇਹਨਾਂ ਦੇ ਉੱਤੇ ਕੋਈ ਐਕਸ਼ਨ ਨਹੀਂ ਹੋਊਗਾ ਅਤੇ ਇਹ ਬਿਲਕੁਲ ਵਧੀਆ ਇਹ ਚੱਲਣਗੇ, ਕੋਈ ਇਹਨਾਂ ਦੇ ਉੱਤੇ ਸ਼ੱਕ ਨਹੀਂ ਹੋਣਾ ਚਾਹੀਦਾ ਇਸ ਤੋਂ ਬਾਅਦ। ਸੁਨਾਮ ਦੇ ਸ਼ੇਰੋ ਪਿੰਡ ਦੇ ਵਿੱਚ ਹੱਥ ਦੇ ਵਿੱਚ ਪੈਟਰੋਲ ਦੀਆਂ ਬੋਤਲਾਂ ਫੜ ਕੇ ਪਾਣੀ ਵਾਲੀ ਟੈਂਕੀ ਉੱਪਰ ਚੜੇ ਨੌਜਵਾਨਾਂ ਨੂੰ ਸਮਝਾ ਬੁਝਾ ਕੇ ਸਿਮਰਜੀਤ ਸਿੰਘ ਮਾਨ ਦੇ ਵੱਲੋਂ ਹੇਠਾਂ ਉਤਾਰਿਆ ਗਿਆ, ਜਿਸ ਨਾਲ ਇੱਕ ਵੱਡੀ ਮੰਦਭਾਗੀ ਘਟਨਾ ਹੋਣ ਤੋਂ ਬਚਾ ਹੋ ਗਿਆ। ਦੱਸਦੀ ਕਿ ਇਹਨਾਂ ਨੌਜਵਾਨਾਂ ਦਾ ਕਹਿਣਾ ਹੈ ਕਿ 2012-13 ਦੇ ਵਿੱਚ ਉਹਨਾਂ ਦੇ ਉੱਤੇ ਲੜਾਈ ਝਗੜੇ ਦੇ ਕੇਸ ਸੀ ਪਰ ਉਹਨਾਂ ਦੇ ਵਿੱਚੋਂ ਬਰੀ ਹੋ ਚੁੱਕੇ ਨੇ। ਹੁਣ ਪਿਛਲੇ 10 ਸਾਲਾਂ ਤੋਂ ਉਹ ਬਿਨਾਂ ਕਿਸੇ ਲੜਾਈ ਝਗੜੇ ਤੋਂ ਆਪਣੀ ਜ਼ਿੰਦਗੀ ਜਿਉ ਰਹੇ ਨੇ, ਪਰ ਪੁਲਿਸ ਵੱਲੋਂ ਫਿਰ ਵੀ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ ਅਤੇ ਘਰ ਦੇ ਵਿੱਚ ਗੱਡੀਆਂ ਭਰ ਭਰ ਕੇ ਆਉਂਦੇ ਨੇ ਅਤੇ ਉਹਨਾਂ ਨੂੰ ਬੱਚਿਆਂ ਦੇ ਸਾਹਮਣੇ ਜ਼ਲੀਲ ਕਰਦੇ ਨੇ। ਕਹਿ ਕੇ ਗਿਆ ਜਾਂਦਾ ਹੋਇਆ ਜੀ, ਕਹਿੰਦਾ ਤੁਸੀਂ ਦੋਨੇ ਜਣੇ ਅੱਗ ਲਾ ਲਓ, ਪੈਟਰੋਲ ਨਾਲ ਕੋਈ ਗੱਲ ਨਹੀਂ, ਜੇ ਮਰਪੀ ਜੇ ਤੁਸੀਂ ਦੋਨੇ ਤਹਾਂ ਤੋਂ ਵੀ ਡਿੱਪੋਗੇ, ਕਹਿੰਦਾ ਤਾਂ ਵੀ ਕੋਈ ਫਰਕ ਨਹੀਂ ਪੈਂਦਾ, ਚੱਕ ਕੇ ਫੂਕ ਦਾਂਗੇ। ਸੰਗਤ 'ਚ ਕਹਿ ਕੇ ਗਿਆ ਜੀ, ਅਤੇ ਕੱਲ ਇਹਨੂੰ ਇੰਨਾ ਪੁੱਠਾ ਬੋਲਿਆ, ਤੈਨੂੰ ਸੰਗਤ 'ਚ ਕਹਿ ਕੇ ਗਿਆ ਜੀ, ਅਤੇ ਕੱਲ ਇਹਨੂੰ ਇੰਨਾ ਪੁੱਠਾ ਬੋਲਿਆ, ਤੈਨੂੰ ਮੈਂ ਘਰੋਂ ਚੱਕ ਕੇ ਲੈ ਜੂੰਗਾ, ਮਣੀ ਨੂੰ ਮੈਨੂੰ ਕੁ ਪੁੱਠਾ ਬੋਲਿਆ, ਤੂੰ ਧੜੱਕ ਦੇ ਉੱਤੇ ਆ ਰਿਹਾ ਗਾ, ਬਹੁਤ ਜ਼ਿਆਦਾ ਗਲਤ ਬੋਲ ਰਿਹਾ, ਜਿਵੇਂ ਅਸੀਂ ਕੋਈ ਬਾਹਲੇ ਕ੍ਰਾਈਮ ਵੀ ਬਾਹਲਾ ਵੱਡਾ ਕ੍ਰਾਈਮ ਕੀਤਾ ਹੁੰਦਾ। ਅਸੀਂ 10 ਸਾਲਾਂ ਤੋਂ ਆਪਦੇ ਘਰੇ ਰਹਿ ਰਹੇ ਜੀ, ਹੁਣ ਤੁਹਾਡੇ 110 ਦਾ 110 ਦਾ ਕਲੰਦਰਾ ਭਰਤਾ ਜੀ, ਭਰਤਾ ਹਾਂ ਜੀ। ਅਸੀਂ ਤਾਂ ਇਹ ਕਹਿੰਦੇ ਜੀ ਵੀ ਸਾਨੂੰ ਕਸੂਰ ਤਾਂ ਦੱਸ ਦਿਓ ਸਾਡਾ ਕੀ ਆ, ਅਸੀਂ ਕੋਈ ਚੋਰੀ ਕਰਦੇ ਹਾਂ। ਤੁਹਾਨੂੰ ਕਦੇ ਸਜ਼ਾ ਹੋਈ ਹੈ? ਨਾ ਜੀ, ਇੱਕ ਦਿਨ ਦੀ ਵੀ ਨਹੀਂ ਸਜ਼ਾ ਜੀ, ਘੰਟੇ ਦੀ ਵੀ ਸਜ਼ਾ ਨਹੀਂ ਜੀ, ਸਾਨੂੰ ਸਾਰੇ ਬਰੀ ਨੇ ਜੀ। ਤੁਹਾਨੂੰ ਅਦਾਲਤ ਤੋਂ ਉਹਦੇ ਵਿੱਚ 110 ਦੇ ਵਿੱਚ ਇਹ ਥਾਣੇ ਵਾਲਿਆਂ ਵੱਲੋਂ ਕੀਤਾ ਗਿਆ ਜੀ। ਇੱਧਰ ਆ ਬਾਪੂ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਆਪਣੇ ਬੰਦਾ ਜੀ। ਚਲੋ ਉੱਥੇ ਚਲੋ। ਹਾਂ ਜੀ, ਸਾਨੂੰ ਸਜ਼ਾ ਇੱਕ ਮਿੰਟ ਦੀ ਵੀ ਨਹੀਂ ਹੈਗੀ ਜੀ ਕਿਤੇ।
ਸਜ਼ਾ ਕਿਤੇ 1 ਮਿੰਟ ਦੀ ਵੀ ਨਹੀਂ। ਬਾਬੇ ਨਾਲ ਬੈਠ ਜਾ ਤੂੰ, ਆਪਦੇ ਦੁੱਖ ਦੱਸ ਵੀ ਮੈਨੂੰ ਐਂ ਤੰਗ ਕਰਦੇ। ਇਹ ਕਿਹੜਾ ਪਿੰਡ ਹੈ? ਆਇਆ ਹੋਰ ਲੀਡਰ ਸ਼ੇਰੋਂ ਹੈ। ਅਸੀਂ ਤਾਂ ਤੇਰੇ ਨਾਲ ਆਏ ਯਾਰ, ਅਸੀਂ ਤਾਂ ਹੋ ਰਹੇ ਆ ਤੰਗ ਨਾ ਕਰਨਾ ਬਾਬਾ ਜਿਵੇਂ ਕਰਦਾ ਆ ਬਾਪੂ, ਤੁਸੀਂ ਜਿਵੇਂ ਕਰ ਦੋਗੇ ਠੀਕ ਹੈ, ਇਹਨਾਂ ਨੂੰ ਤੰਗ ਨਾ ਕਰ। ਮੁੜ ਕੇ ਸਾਡੇ ਵੀ ਜਵਾਕ ਫਿਰ ਹੋਰ ਕੀ ਕੰਮ, ਸਿੱਧੇ ਰਾਹ ਤੇ ਆਇਆ ਅਮਰ ਛੱਕ ਕੇ ਆਇਆ ਜੀ। ਇਹ ਵੀ ਮੁੰਡਾ ਜੀ ਕੋਈ ਗਲਤ ਕੰਮ ਨਹੀਂ ਕਰਦਾ ਜੀ। ਨਹੀਂ ਮੇਰੀ ਗੱਲ ਆਇਆ, ਮੇਰੀ ਗੱਲ ਆਇਆ। ਹਾਂ ਜੀ, ਕਿ ਤੁਸੀਂ ਸਾਰੇ ਸਿੱਖਾਂ ਦੇ ਬੱਚੇ ਹੋ। ਹਾਂ ਜੀ, ਤੇ ਕੇਸ ਤੁਸੀਂ ਮੁੰਨੇ ਹੋਏ ਆ, ਤੇ ਇਹਦੇ ਨਾਲ ਫਿਰ ਐਂ ਲੱਗਦਾ ਕਿ ਇਹ ਬੰਦੇ ਡਿਸਿਪਲਿਨ ਚੋਂ ਨਿਕਲੇ ਹੋਏ ਆ ਤੇ ਕੰਮ ਮਾੜੇ ਕਰਦੇ ਆ। ਮੈਂ ਅੰਮ੍ਰਿਤ ਛੱਕ ਲਿਆ ਜੀ। ਉਹ ਤੇਰੀ ਨਹੀਂ ਮੈਂ ਗੱਲ ਕਰਦਾ, ਸਾਰੇ ਦੇਖ ਕੇ ਨਾ ਹੈਗਾ। ਹਾਂ ਜੀ, ਉਹ ਤਾਂ ਜੋੜਾ ਹੋ ਗਿਆ। ਹੂੰ, ਜੋ ਖਿਲਾਫ ਚੜ ਗਿਆ ਨਾ, ਇਹ ਵੀ ਅੰਮ੍ਰਿਤ ਛੱਕੂਗਾ ਜੀ ਮੁੰਡਾ। ਚਲੋ ਛੱਕ ਲੇ, ਪਰ ਅੰਮ੍ਰਿਤ ਛੱਕਣਾ ਜ਼ਰੂਰੀ ਨਹੀਂ, ਪਰ ਕੇਸ ਲਾੜੀ ਰੱਖੋ ਆਪਣੀ। ਫਿਰ ਜਦੋਂ ਤੁਹਾਡਾ ਚਿੱਤ ਕੀਤਾ ਫਿਰ ਤੁਸੀਂ ਅੰਮ੍ਰਿਤ ਛੱਕ ਲਿਓ। ਨਹੀਂ ਹੋ ਰਿਹਾ ਸਰ, ਇੱਕ ਨੰਬਰ ਲੱਗ ਨਹੀਂ ਗਿਆ ਉਹਨਾਂ ਦੇ ਰੈਜ਼ੀਡੈਂਸ ਗਏ ਹੋਏ ਨੇ ਜੀ, ਉਹ ਦੂਜਾ ਨੰਬਰ ਲੱਗ ਇਹਦਾ ਹੀ ਹੈ। ਸੱਚੋ ਦਾ ਜ਼ਰੂਰ ਕਰੋ ਜੀ, ਇਹਨੇ ਸਾਨੂੰ ਬਹੁਤ ਤੰਗ ਕਰ ਰੱਖਿਆ। ਸੱਚੋ ਕੌਣ ਆ ਉਹ ਦੱਸਦੇ ਵੀ ਮੈਨੂੰ ਐਂ ਕਿਹਾ ਕਿ ਵੀ ਮਰ ਜਾਓਗੇ ਤਾਂ। ਹਾਂ ਮੈਂ ਦੱਸਦਾ ਵੀ ਮਰ ਜਾਓਗੇ। ਹਾਂ, ਉਹਦੇ ਨੌ ਪੁੱਤ ਲੋਈ, ਸਾਨੂੰ ਤਾਂ ਨੌ ਵੀ ਨਹੀਂ ਪਤਾ ਕਿਉਂ, ਇਹਨੇ ਕਿਹੜਾ ਕਿਤੇ ਗੱਲ ਆ। ਉਹਦਾ 5000 ਰੁਪਇਆ ਸਿੱਧਾ ਕਹਿੰਦਾਗਾ ਵੀ ਕੋਈ ਬਾਈ ਤੁਸੀਂ ਉਹ ਨਾ ਕਰੋ, ਪੈਸੇ ਦੇ ਦਿਓ, ਬਾਹਰ ਨਿਬੜਗਾ ਕੰਮ, ਨਾ ਕਲੰਦਰਾ ਭਰਿਆ ਜਾਵੇ ਤੁਹਾਡਾ। ਹੋਰ ਝੋਟਾ ਜੀ ਅਸੀਂ ਤਾਂ ਹੁਣ ਇਹ ਚਾਹੁੰਦੇ ਹਾਂ ਜੀ ਵੀ ਅਸੀਂ ਆਪਦੇ ਆਮਨ ਨਾਲ ਇਹਦੇ ਵੀ ਮੈਸੇਜ, ਮੁਲਾਜ਼ਮ ਨੇ ਮੇਰੀ ਮੈਸੇਜ ਵੀ ਮੁਲਾਜ਼ਮ ਆ ਜੀ, ਵੀ ਮੇਰੇ ਵੀ ਬੇਟਾ ਇਹਦੇ ਵੀ ਬੇਟਾ, ਸਾਡੇ ਤਾਂ ਬੱਚੇ, ਤੁਸੀਂ ਇਹ ਮੰਨ ਲਓ ਵੀ ਸਾਨੂੰ ਐਂ ਦੇਖਦੇ ਨੇ ਜਿਵੇਂ ਅਸੀਂ ਚੋਰ ਹੁੰਦੇ ਹਾਂ ਜੀ। ਕਿਉਂ ਰੋਜ਼ ਪੁਲਿਸ ਦੀਆਂ ਗੱਡੀਆਂ ਭਰ ਕੇ ਇਹਦੇ ਪਹਿਲਾਂ ਤਲਾਸ਼ੀ ਕਰਕੇ ਗਏ ਨੇ, ਇਹਦਾ 3 ਦਿਨ ਫੋਨ ਰੱਖਿਆ ਵੀ ਘਰ ਦਾ ਕੁਛ ਨਹੀਂ ਛੱਡਦੇ ਹੈਗੇ, ਲੀਰ ਲੀਰ ਕਰ ਜਾਂਦੇ ਨੇ ਜੀ ਆ ਕੇ। ਅਸੀਂ ਤਾਂ ਜੀ ਹਾਂ ਵੀ ਅਸੀਂ ਦੇਣਦਾਰ ਹਾਂ ਜੀ, ਵੀ ਸਾਡਾ 5 ਪੈਸੇ ਵੀ ਕਿਤੇ ਦੇਣਦਾਰ ਹੋਵਾਂਗੇ। ਇਹਨਾਂ ਦੀ ਜੁੱਤੀ ਹੋਊ ਜੀ, ਸਾਡਾ ਸਿਰ ਹੋਊ। ਤੁਸੀਂ ਬਾਪੂ ਸਾਨੂੰ ਇਹਨਾਂ ਨੂੰ ਸੌਂਪ ਜਿਓ ਵੀ ਜਿਹੜਾ ਕੋਈ ਕੁਛ ਮਰਜ਼ੀ ਕਰ ਲਓ।
ਵੀ ਇਹਨਾਂ ਦੇ ਉੱਤੇ ਪਰਚੇ ਦਿਓ ਨਾ, ਵੀ ਐ ਨੀ ਵੀ ਜੇ ਸਾਡੇ ਚ ਕੋਈ ਕਮੀ ਹੋਈ ਜੀ, ਵੀ ਅਸੀਂ ਜੇ ਕੋਈ ਗਲਤ ਕਰਦੇ ਹੋਈਏ, ਵੀ ਜੇ ਨਸ਼ੇ ਦੇ ਖਿਲਾਫ਼ ਬੋਲਦੇ ਆ ਇਹ ਤਾਂ ਸਾਨੂੰ ਦੱਬਣ ਨੂੰ ਫਿਰਦੇ ਨੇ ਜੀ, ਅਸੀਂ ਕਿਹੜਾ ਕੋਈ ਗਲਤ ਕੰਮ ਕਰਦੇ ਹਾਂ ਜੀ, ਇਹਦਾ ਕੋਈ ਪਿੰਡ ਦੇ ਵਿੱਚ ਇਹਦਾ ਨੀ ਕੋਈ ਲਾਂਭਾ, ਮੇਰਾ ਨੀ ਕੋਈ ਲਾਂਭਾ, ਤੁਸੀਂ ਆਹ ਮੰਨ ਲਓ ਵੀ ਦਸ ਬੰਦਿਆਂ ਦੇ ਵਿੱਚ ਇੱਕ ਦੇ ਵਿੱਚੋਂ ਕਹਾ ਦੋ ਵੀ ਇਹ ਮਾੜੇ ਨੇਗੇ, ਉਹ ਯਾਰੀ ਦੋਸਤੀ ਦੇ ਵਿੱਚ ਕੀਤੇ ਨੇਗੇ, ਅਸੀਂ ਨੇ ਕਿਹੜਾ ਕਿਸੇ ਨਾਲ ਵੀ ਭਾਈ ਕੋਈ ਵੀ ਪੈਸੇ ਲੈ ਕੇ ਕੋਈ ਗਲਤ ਕੰਮ ਕੀਤਾ। ਦੱਸਦੀ ਕਿ ਇਸ ਮਾਮਲੇ ਦੇ ਵਿੱਚ ਸਿਮਰਜੀਤ ਸਿੰਘ ਮਾਨ ਦੇ ਵੱਲੋਂ SSP ਦੇ ਨਾਲ ਵੀ ਗੱਲਬਾਤ ਕੀਤੀ ਗਈ, ਜਿਸ ਤੋਂ ਬਾਅਦ ਨੌਜਵਾਨਾਂ ਨੂੰ ਸਿਮਰਜੀਤ ਸਿੰਘ ਮਾਨ ਦੇ ਵੱਲੋਂ ਟੈਂਕੀ ਤੋਂ ਹੇਠਾਂ ਖੁਦ ਉਤਾਰਿਆ ਗਿਆ। ਅਖੀਰ ਜਦੋਂ ਸਮਝਾ ਬੁਝਾ ਕੇ ਨੌਜਵਾਨਾਂ ਨੂੰ ਸਿਮਰਜੀਤ ਸਿੰਘ ਮਾਨ ਨੇ ਟੈਂਕੀ ਤੋਂ ਹੇਠਾਂ ਉਤਾਰਿਆ ਤਾਂ ਉਹਨਾਂ ਦੱਸਿਆ ਕਿ ਇਹਨਾਂ ਨੌਜਵਾਨਾਂ ਨੂੰ ਹੁਣ ਥੱਲੇ ਉਤਾਰ ਲਿਆ ਗਿਆ ਹੈ ਸਹੀ ਸਲਾਮਤ ਨੇ। ਉਹਨਾਂ ਇਹ ਵੀ ਕਿਹਾ ਕਿ ਹੁਣ ਇਹ ਨੌਜਵਾਨ ਡਿਪਟੀ ਸਾਹਿਬ ਨੂੰ ਆਪਣੇ ਬਰੀ ਹੋਣ ਦੇ ਕਾਗਜ਼ ਦਿਖਾਉਣਗੇ ਤੇ ਫਿਰ ਇਹਨਾਂ ਨੂੰ ਕੋਈ ਵੀ ਤੰਗ ਪਰੇਸ਼ਾਨ ਨਹੀਂ ਕਰੇਗਾ। ਜੇਕਰ ਫਿਰ ਵੀ ਕੋਈ ਤੰਗ ਪਰੇਸ਼ਾਨ ਕਰੇਗਾ ਤਾਂ ਉਹ ਹਮੇਸ਼ਾ ਇਹਨਾਂ ਨੌਜਵਾਨਾਂ ਦੇ ਨਾਲ ਡਟ ਕੇ ਖੜਨਗੇ। ਇਹਨਾਂ ਦੇ ਖਿਲਾਫ ਜੀ ਪਹਿਲਾਂ ਕੇਸ ਹੋਏ ਹੋਏ ਆ ਤੇ ਇਹ ਸਾਰਿਆਂ ਦੇ ਵਿੱਚ ਬਰੀ ਹੋਏ ਹੋਏ ਆ ਤੇ ਇਹਨਾਂ ਦੇ ਜਿਹੜੇ ਘਰ ਵਾਲੀਆਂ ਹੈਗੀਆਂ ਬੀਬੀਆਂ ਤੇ ਇਹਨਾਂ ਦੇ ਤਾਂ ਟੀਚਰ ਲੱਗੇ ਹੋਏ ਆ, ਇਹਨਾਂ ਦੇ ਘਰ ਵਾਲੇ SDM ਮਾਨਸਾ ਦੇ ਵਿੱਚ ਕਲਰਕ ਨੇ, ਸੋ ਇਹ ਬਹੁਤ ਜ਼ਿੰਮੇਵਾਰ ਪਰਿਵਾਰ ਨੇ। ਹੁਣ ਇਹਨਾਂ ਦੇ ਘਰ ਵਾਲੇ ਦੋਨੋਂ ਸਰਕਾਰੀ ਨੌਕਰੀ ਕਰਦੇ ਆ, ਇਹ ਹੁਣ ਇਹੋ ਜਿਹਾ ਕੰਮ ਨਹੀਂ ਕਰਦੇ ਜਿਹਦੇ ਨਾਲ ਇਹਨਾਂ ਦੇ ਉੱਤੇ ਸ਼ੱਕ ਹੋਵੇ ਜਾਂ ਇਹਨਾਂ ਦੇ ਘਰਾਂ ਦੇ ਵਿੱਚ ਤਲਾਸ਼ੀਆਂ ਹੋਣ ਜਾਂ ਕੁਛ ਹੈ। ਇਹ ਹੁਣ ਵਾਪਸ ਸਾਡੇ ਨਾਲ ਆਉਣਾ ਚਾਹੁੰਦੇ ਹੈ ਅਤੇ ਇਹ ਹੁਣ ਮੇਰਾ ਮਤਲਬ ਪਹਿਲਾਂ ਵੀ ਨਹੀਂ ਇਹ ਕਰਦੇ, ਕਿਉਂ ਕਰਕੇ ਕਿਸੇ ਕੇਸ ਦੇ ਵਿੱਚ ਇਹਨਾਂ ਨੂੰ ਸਜ਼ਾ ਨਹੀਂ ਦਿੱਤੀ ਗਈ, ਸਾਰਿਆਂ 'ਚ ਬਰੀ ਹੋਏ ਹੈ ਅਤੇ ਸੋਮਵਾਰ ਨੂੰ ਡਿਪਟੀ ਸਾਹਿਬ ਨੂੰ ਇਹ ਸਾਰੇ ਆਪਣੇ ਕਾਗਜ਼ ਦਿਖਾ ਦੇਣਗੇ ਕਿ ਅਸੀਂ ਬਰੀ ਸਾਰੇ ਕੇਸਾਂ ਦੇ ਵਿੱਚ ਹੋਏ ਹਾਂ ਅਤੇ ਉਸ ਤੋਂ ਬਾਅਦ ਇਹਨਾਂ ਦੇ ਉੱਤੇ ਕੋਈ ਐਕਸ਼ਨ ਨਹੀਂ ਹੋਊਗਾ ਅਤੇ ਇਹ ਬਿਲਕੁਲ ਵਧੀਆ ਇਹ ਚੱਲਣਗੇ, ਕੋਈ ਇਹਨਾਂ ਦੇ ਉੱਤੇ ਸ਼ੱਕ ਨਹੀਂ ਹੋਣਾ ਚਾਹੀਦਾ ਇਸ ਤੋਂ ਬਾਅਦ। ਪਰ ਸਾਹਿਬ ਇਹਨਾਂ ਦਾ ਕਹਿਣਾ ਕਿ ਵੀ ਜਿਵੇਂ ਇਹ ਕਾਗਜ਼ ਕਹਿੰਦੇ ਵੀ ਸੋਮਵਾਰ ਨੂੰ ਦਿਖਾ ਦੇਣਗੇ, ਹਾਂ ਇਹ ਕਾਗਜ਼ ਇੱਕ ਮਹਿਕਮੇ ਨੂੰ ਦਿਖਾਉਣ ਦੇ ਫੋਟੋ ਸਟੇਟ 'ਤੇ 1,200 ਰੁਪਇਆ ਇਹਨਾਂ ਦਾ ਖਰਚ ਹੋ ਜਾਂਦਾ ਹੈਗਾ ਅਤੇ ਕਹਿਣ ਦਾ ਮਤਲਬ ਵੀ ਕਈ ਵਾਰ ਇਹ ਕਾਗਜ਼ ਜਮ੍ਹਾਂ ਕਰਵਾਉਂਦੇ ਨੇ ਪਰ ਜਦੋਂ ਚੋਣਾਂ ਆਉਂਦੀਆਂ ਨੇ ਇਹਨਾਂ ਨੂੰ ਫੇਰ ਚੱਕ ਲਿਆ ਜਾਂਦਾ, ਵੀ ਇਹ ਸਿਲਸਿਲਾ ਬੰਦ ਕਦੋਂ ਹੋਊਗਾ? ਇਹ ਜਦੋਂ ਇਹਨਾਂ ਦਾ ਪੁਲਿਸ ਦਾ ਸਿਸਟਮ ਹੈ ਕਿ ਜਿਨ੍ਹਾਂ ਦੇ ਪੁਰਾਣੇ ਕੇਸ ਹੈਗੇ ਹੈ ਉਹ ਇਲੈਕਸ਼ਨਾਂ ਦੇ ਵਿੱਚ ਗੜਬੜ ਨਾ ਕਰਨ, ਪਰ ਇਹ ਹੁਣ ਗੜਬੜ ਕਰ ਨਹੀਂ ਸਕਦੇ ਕਿਉਂ ਕਰਕੇ ਇਹਨਾਂ ਦੇ ਘਰ ਵਾਲੀਆਂ ਬਹੁਤ ਜ਼ਿੰਮੇਵਾਰੀ ਨੌਕਰੀ ਦੇ ਉੱਤੇ ਸਰਕਾਰੀ 'ਤੇ ਲੱਗੀਆਂ ਹੋਈਆਂ, ਇਹਨਾਂ ਦੇ ਬੱਚੇ ਹੈ, ਸਾਰਾ ਕੁਛ ਹੈ, ਫਿਰ ਇਹੋ ਜਿਹਾ ਸ਼ੱਕ ਇਹਨਾਂ ਦੋਨਾਂ 'ਤੇ ਮੇਰੇ ਕਹਿਣ 'ਤੇ ਬਤੌਰ MP ਨਹੀਂ ਹੋਣਾ ਚਾਹੀਦਾ। ਹੁਣ ਜਦੋਂ ਇਹ ਗੱਲ SSP ਸਾਹਿਬ ਦੇ ਨਾਲ ਹੋ ਗਈ ਹੈ, DSP ਸਾਹਿਬ ਨਾਲ ਹੋ ਗਈ ਹੈ, ਥਾਣੇਦਾਰ ਸਾਹਿਬ ਨਾਲ ਹੋ ਗਈ ਹੈ। ਦੱਸਦੀ ਕਿ ਇਹਨਾਂ ਨੌਜਵਾਨਾਂ ਦੇ ਵੱਲੋਂ ਪੁਲਿਸ ਦੇ ਉੱਤੇ ਤੰਗ ਪਰੇਸ਼ਾਨ ਕਰਨ ਦੇ ਇਲਜ਼ਾਮ ਲਗਾਏ ਜਾ ਰਹੇ ਸੀ। ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਪੁਲਿਸ ਉਹਨਾਂ ਨੂੰ ਜਾਣ ਬੁੱਝ ਕੇ ਹਰ ਵਾਰ ਵੋਟਾਂ ਦੇ ਨੇੜੇ ਤੰਗ ਪਰੇਸ਼ਾਨ ਕਰਦੀ ਹੈ, ਜਿਸ ਤੋਂ ਬਾਅਦ ਉਹ ਦੁਖੀ ਹੋ ਕੇ ਪਾਣੀ ਵਾਲੀ ਟੈਂਕੀ ਦੇ ਉੱਤੇ ਚੜ ਗਏ। ਇਸੇ ਦੌਰਾਨ ਸਿਮਰਜੀਤ ਸਿੰਘ ਮਾਨ ਦੇ ਵੱਲੋਂ ਉਹਨਾਂ ਨੂੰ ਸਮਝਾ ਕੇ ਟੈਂਕੀ ਤੋਂ ਹੇਠਾਂ ਉਤਾਰਿਆ ਗਿਆ। ਬਿਊਰੋ ਰਿਪੋਰਟ, ਪੰਜਾਬੀ ਲੋਕ ਚੈਨਲ।